ਪਿੰਡ ਚ ਕਿਸੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਸੀ, ਉਹਦੇ ਵਾਸਤੇ ਤਿਆਰੀ ਕਰਨ ਆਇਆ ਸੀ। ਰੇਰਮਾਲਾ ਟੇਡਾ ਪਿਆ ਸੀ, ਮੈਂ ਦੇਖਿਆ ਤਾਂ ਪ੍ਰੋਗਰਾਮ ਸਭ ਦੇ ਅੰਗ ਪੜੇ ਹੋਏ ਸੀ। ਅੱਛਾ, ਕੀ ਉਸ ਤੋਂ ਬਾਅਦ ਕੀ ਕੀਤਾ ਫਿਰ ਤੁਸੀਂ? ਫਿਰ ਮੈਂ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਕੋਲ ਗਿਆ, ਉਹਨਾਂ ਨੂੰ ਬੁਲਾਇਆ ਅਤੇ ਹੋਰ ਕਮੇਟੀ ਦੇ ਮੈਂਬਰਾਂ ਨੂੰ ਇਕੱਠਾ ਕੀਤਾ। ਅੱਛਾ, ਕਿੰਨੇ ਕੁ ਵਜੇ ਦੀ ਗੱਲ ਹੈ? 7 ਵਜੇ ਸਵੇਰ। ਕੋਈ ਬੰਦਾ ਵੀ ਦੇਖਿਆ ਇੱਥੇ, ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਕਿਸੇ 'ਤੇ ਜਾਂ ਕੁਛ? ਸਰ, ਦੇਵੀ ਨਗਰ ਪਿੰਡ ਦੇ ਵਿੱਚ ਜੋ ਮਾਮਲਾ ਸਾਹਮਣੇ ਆਇਆ ਹੈਗਾ ਕੱਚੇ ਫੜਨ ਦਾ, ਇਸ ਬਾਰੇ ਕੀ ਕਹਿਣਾ ਚਾਹੁੰਦੇ ਸਰ? ਬਹੁਤ ਹੀ ਦੁਖਦਾਈ ਔਰ ਨਿੰਦਣੀ ਘਟਨਾ ਜਿਹੜੀ ਇਹ ਹੋਈ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਗਿਆ ਕਿਸੇ ਮਾੜੇ ਅਨਸਰ ਵੱਲੋਂ, ਮੈਂ ਸਮਝਦਾ ਕਿ ਇਸ ਤੋਂ ਮਾੜੀ ਗੱਲ ਸਾਡੇ ਸਮਾਜ ਵਾਸਤੇ ਕੋਈ ਨਹੀਂ ਹੋ ਸਕਦੀ। ਪਰ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਦੀ ਮਾਰ ਜ਼ਰੂਰ ਇਹੋ ਜਿਹੇ ਮਾੜੇ ਅਨਸਰਾਂ 'ਤੇ ਪਏਗੀ। ਸਵੇਰੇ 5:30 ਵਜੇ ਜਿਹੜੇ ਪਾਠੀ ਸਾਹਿਬਾਨ ਇੱਥੋਂ ਗਏ ਹਾਂ ਔਰ ਕੰਟੀਨਿਊ ਲਗਾਤਾਰ ਲੋਕ ਮੱਥਾ ਟੇਕਣ ਆਉਂਦੇ ਵੀ ਰਹੇ ਹਾਂ ਇੱਥੇ। 7 ਵਜੇ ਜਦੋਂ ਦੁਬਾਰਾ ਦੇਖਿਆ ਗਿਆ ਤਾਂ ਉਸ ਟਾਈਮ ਬੇਅਦਬੀ ਹੋਈ। ਇਸ ਦੇ ਨਾਲ ਹੀ ਇੱਕ ਹੋਰ ਧਾਰਮਿਕ ਸਥਾਨ ਆ ਇੱਥੇ, ਉੱਥੇ ਵੀ ਜਿਹੜੀ ਸਮਾਧਾਂ ਦੇ ਬੇਅਦਬੀ ਦੀ ਘਟਨਾ ਹੋਈ ਆ, ਉੱਥੇ ਗੰਦ ਪਾ ਕੇ ਉਹ ਗਏ ਹੈਗੇ ਆ। ਸੋ ਪੁਲਿਸ ਵੀ ਆਈ ਆ, DSP ਆਈ ਆ, ਡੌਗ ਸਕਵਾਡ ਇੱਥੇ ਆ ਰਹੀ ਆ। ਪੈਰ ਜਿਹੜੇ ਪੈਰ ਦੇ ਨਿਸ਼ਾਨ ਆ ਜਿਹੜੇ ਉੱਥੇ ਸੇਫ ਹੈਗੇ ਆ। ਸੋ ਉਹਦੇ ਨਾਲ ਕਰ ਰਹੇ ਹਾਂ, ਜੋ ਵੀ ਜਿਸ ਵੀ ਮਾੜੇ ਅਨਸਰ ਨੇ ਮਾੜੀ ਦੁਰਘਟਨਾ ਜਿਹੜੀ ਕਰੀ ਆ ਉਸ ਦੇ ਖਿਲਾਫ਼ ਤੁਰੰਤ ਜਿਹੜੀ ਕਾਰਵਾਈ ਕਰੀ ਜਾਊਗੀ ਔਰ ਲੋਕਾਂ ਦੇ ਸਾਹਮਣੇ ਮਸਲਾ ਲੈਣਾ ਜਾਊਗਾ। ਸੋ ਇਹ ਬਹੁਤ ਹੀ ਘਿਨਾਉਣੀ ਨਿੰਦਣੀ ਆ ਔਰ ਇਸ ਤੋਂ ਮਾੜੀ ਦੁਰਘਟਨਾ ਮੈਂ ਕਹਿ ਸਕਦਾ ਕਿ ਸਾਡੇ ਸਮਾਜ ਵਾਸਤੇ, ਸਾਡੇ ਜਿਹੜੇ ਧਰਮ ਵਾਸਤੇ ਕੋਈ ਹੋ ਨਹੀਂ ਸਕਦਾ। ਯਹਾਂ ਪੇ ਜੋ ਗੁਰੂ ਗ੍ਰੰਥ ਸਾਹਿਬ ਕੇ ਸਾਥ ਕਿਸੀ ਸ਼ਰਾਰਤੀ ਬੰਦੇ ਨੇ ਬੇਅਦਬੀ ਕੀਤੀ ਹੈਗੀ ਹੈ, ਕੁਛ ਉਹਦੇ ਪੇਜ ਫਾੜ ਕੇ ਸੁੱਟਦੇ ਔਰ ਜੋ ਬੇਅਦਬੀ ਹੋਈ ਹੈ ਕਿਸੀ ਸ਼ਰਾਰਤੀ ਬੰਦੇ ਕਾ ਹੀ ਕਾਮ ਹੈ, ਕੇਸ ਰਜਿਸਟਰ ਕਰ ਲਿਆ ਔਰ ਹਮਨੇ ਫਿੰਗਰ ਪ੍ਰਿੰਟ ਔਰ ਡੌਗ ਸਕਵਾਡ ਵਗੈਰਾ ਮੰਗਵਾਏ ਕਿ ਸਰ ਅਭੀ ਸਰ। ਅਤੇ ਉਸ ਤੋਂ ਬਾਅਦ ਜਦੋਂ ਮੁੰਡਾ ਤਿਆਰੀ ਕਰਨ ਆਇਆ, ਤਿਆਰੀ ਕਰਨ ਤੋਂ ਬਾਅਦ ਉਹਨੇ ਆ ਕੇ ਦੇਖਿਆ ਵੀ ਕਿ ਗੁਰੂ ਮਹਾਰਾਜ ਦੇ ਅੰਗ ਪਾੜੇ ਵੀ ਸੀਗੇ ਜਦੋਂ ਰੁਮਾਲਾ ਸੈੱਟ ਕਰਨ ਲੱਗਿਆ ਦੇਖਿਆ ਉਹਨੇ। ਅਤੇ ਜਦੋਂ ਫਿਰ ਉਹ ਭੱਜੇ ਭੱਜੇ ਸਾਡੇ ਕੋਲ ਗਿਆ, ਪ੍ਰਧਾਨ ਜੀ ਕੋਲ ਗਿਆ ਅਤੇ ਆ ਕੇ ਦੇਖਿਆ ਵੀ ਵਾਕਿਆ 'ਚ ਇਸ ਤਰ੍ਹਾਂ ਗਲਤ ਕੰਮ ਹੋਇਆ ਵਾ ਤਾਂ। ਅਤੇ ਹੁਣ ਤੁਸੀਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਇਹ ਸਾਰਾ ਕੰਮ ਹੋਇਆ ਵਾ। ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ, ਆਪਣੀ ਚੱਲ ਰਹੀ ਹੈ। ਬਾਕੀ ਇੱਕ ਪਾਸੇ ਹੋਰ ਬਾਬਾ ਸਮਾਧ ਜੀ ਉਰੇ ਸਮਾਧ ਬਣੀ ਹੋਈ ਆ, ਉੱਥੇ ਵੀ ਬਹੁਤ ਜ਼ਿਆਦਾ ਗਲਤ ਕੰਮ ਕਰਿਆ ਉਹਨਾਂ ਨੇ। ਕੀ ਪਿੰਡ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਬੰਦਾ ਇਸ ਤਰ੍ਹਾਂ ਅਨਸਰ ਹੈਗਾ ਜੋ ਸ਼ਾਦ ਕਰ ਸਕਦਾ? ਆਪਾਂ ਹੈ ਤਾਂ ਪਿੰਡ ਦਾ ਹੀ ਹੋ ਸਕਦਾ, ਪਰ ਆਪਾਂ ਬਿਨਾਂ ਦੇਖੇ ਕਿਸੇ ਨੂੰ ਕੁਛ ਨਹੀਂ ਕਹਿ ਸਕਦੇ। ਸ਼ੱਕ ਅਸੀਂ ਕੋਈ ਕਿਸੇ ਦਾ ਨਾਮ ਲੈ ਸਕਦੇ।